ਘਰ ਸਤਾਰਾ ਤੋਂ ਤਾਂ ਆਮ ਆਦਮੀ ਪਾਰਟੀ ਦੇ ਹੈਗੇ ਨੇ ਇੱਥੇ ਐਮਐਲਏ ਤਾਂ ਉਹਨਾਂ ਨੇ ਕੁਝ ਵਿਕਾਸ ਕੀਤਾ ਤੁਹਾਡੇ ਏਰੀਆ 'ਚ ਕੁਝ ਵੀ ਨਹੀਂ ਕੀਤਾ ਜੀ ਉਹ ਤਾਂ ਆਏ ਹੀ ਨਹੀਂ ਕਦੇ ਦੇਖੇ ਹੀ ਨਹੀਂ ਇੱਥੇ ਆਏ ਆਉਂਦੇ ਹੋਏ ਪਿਛਲੇ 5 ਸਾਲਾਂ ਤੋਂ ਉਰੇ ਆਪ ਪਾਰਟੀ ਦੇ ਸੀਗੇ ਉਹ ਤਾਂ ਪਿੰਡ 'ਚ ਕਦੇ ਵੜੇ ਹੀ ਨਹੀਂ ਹੈ ਜੇ ਕੰਗ ਸਾਹਿਬ ਸਾਡੇ ਦਿਨ ਰਾਤ ਉਰੇ ਆਉਂਦੇ ਰਹੇ ਆ ਉਹਨਾਂ ਨੇ ਵਿਕਾਸ ਸਾਡੇ ਪਿੰਡ ਦਾ ਵੀ ਬੜਾ ਕਰਾਇਆ ਅਤੇ ਆਹ ਪੁਲ ਨਵਾਂ ਲਵਾਇਆ ਇਹਦਾ ਕਦੇ ਉਮੀਦ ਨਹੀਂ ਸੀ ਵੀ ਕਦੇ ਪੁਲ ਲੱਗੂਗਾ ਮੋਹਨ ਸਿੰਘ ਕੰਗ ਸਾਹਿਬ ਸਾਡੇ ਬਹੁਤ ਹਰਮਨ ਪਿਆਰੇ ਬੰਦੇ ਨੇ ਮਿਹਨਤ ਕਰਨ ਵਾਲੇ ਬੰਦੇ ਨੇ ਉਹਨਾਂ ਦਾ ਕੰਮ ਪਿਆਰਾ ਸਾਨੂੰ ਅਸੀਂ ਕਰਦੀ ਤੇ ਪਹਿਲਾਂ ਮੈਂਡੇਟ ਕਰਦੀ ਸੀਗੇ ਪਰ ਕੰਗ ਸਾਹਿਬ ਨਾਲ ਜਦੋਂ ਕੰਗ ਸਾਹਿਬ ਆਏ ਆ ਜੀ ਤਾਂ ਉਹਨਾਂ ਨਾਲ ਅਸੀਂ ਜੁੜ ਗਏ ਕਾਂਗਰਸ ਹੀ ਬਣ ਗਏ ਅਕਾਲੀ ਵੀ ਆ ਗਏ ਕਿਆ ਕਰਕੇ ਗਏ ਅਕਾਲੀ ਕੁਛ ਨਹੀਂ ਕਰਕੇ ਗਏ ਇੱਥੇ ਕਿਆ ਪਿੰਡਾਂ ਮੈਂ ਦੋ ਇੱਟਾਂ ਲਵਾ ਕੇ ਕਹਿੰਦੇ ਸੀ ਵਿਕਾਸ ਕਰਤਾ ਵਿਕਾਸ ਦਾ ਪੁਲ ਦੇਖ ਰਿਹਾ ਆ ਸ਼ਾਮੀਪੁਰ ਦਾ ਪੁਲ ਦੇਖ ਰਿਹਾ ਖਿਦਰਾਬਾਦ ਦੇ ਕਰਾਲੀ ਦਾ ਪੁਲ ਸ਼ੇਖਪੁਰੇ ਦਾ ਪੁਲ ਕਿੰਨੇ ਪੁਲ ਹੈ ਜਿੰਨੇ ਪੁਲ ਹੈ ਸਾਰੇ ਇਹਨਾਂ ਨੇ ਬਣਾਏ ਕੰਗ ਸਾਹਿਬ ਇਹ ਕੰਗ ਸਾਹਿਬ ਹੀ ਦੇਣਾ ਜੀ ਅਕਾਲੀ ਵੀ ਆ ਗਏ ਆਮ ਵਾਲੇ ਆ ਗਏ ਆਮ ਵਾਲਾ ਦਿਖੇ ਨਹੀਂ ਅੱਜ ਤੱਕ ਆ ਪਿਛਲੀ ਵਾਰ ਵੋਟਾਂ ਪੈ ਗਈਆਂ ਵੋਟਾਂ 'ਚ ਆ ਕੇ ਚੱਲੇ ਵੀ ਵੋਟਾਂ 'ਚ ਰੁਪਏ ਜਿੱਤ ਗਿਆ ਇੱਕ ਦੋ ਕਿਸੇ ਦਾ ਪਿੰਡ ਨਹੀਂ ਆਇਆ ਉਹ ਕਿਸੇ ਦੀ ਖਬਰ ਨਹੀਂ ਆਈ ਕਿਸੇ ਦਾ ਕੋਈ ਮਰਿਆ ਜੰਮਿਆ ਕਿਸੇ ਦਾ ਖੁਸ਼ੀ ਵਿੱਚ ਨਹੀਂ ਆਇਆ ਕਮੀ 'ਚ ਨਹੀਂ ਆਇਆ ਕਿਸੇ ਨੂੰ ਪੁੱਛਿਆ ਹੀ ਨਹੀਂ ਉਹਨੇ ਤਾਂ ਕੰਢੀ ਦਾ ਇਲਾਕਾ ਪੈਂਦਾ ਜੀ ਇਹ ਕੰਢੀ ਦੇ ਇਲਾਕੇ ਵਿੱਚ ਸਾਡੇ 6-7 ਘੰਟੇ ਲਾਈਟ ਆਉਂਦੀ ਹੁੰਦੀ ਸੀ ਪਹਿਲਾਂ ਉਹ ਪਾਣੀ ਖਰਾਬ ਹੁੰਦਾ ਸੀ ਪਰ ਕੰਗ ਸਾਹਿਬ ਦੀ ਐਡੀ ਵੱਡੀ ਦੇਣ ਹੈ ਜੀ ਉਹਨਾਂ ਨੇ 24 ਘੰਟੇ ਪਾਵਰ ਕਰਵਾਤੀ ਜੀ ਇੱਥੇ ਹੋਰ ਪਹਿਲਾਂ ਜੱਗ ਸਿੰਘ ਬਡਾਲੀ ਵੀ ਬਣ ਲਿਆ ਇਹ ਪੁਲ ਦੇ ਦੁਆਰਾ ਅਸੀਂ ਕਿਹਾ ਵੀ ਪੁਲ ਲਾ ਕਹਿੰਦੇ ਇੱਥੇ ਰਸਤਾ ਹੀ ਹੈਗਾ ਪੁਲ ਨੂੰ ਹੈਗਾ ਪਰ ਇੱਥੇ ਨੂੰ ਕਹਿੰਦੇ ਲੱਗਣਾ ਹੀ ਨਹੀਂ ਪੁਲ ਨੂੰ ਸਵਾਲੇ ਨਹੀਂ ਪੈਦਾ ਹੁੰਦਾ ਇੱਥੇ ਬਾਦਲ ਸਾਹਿਬ ਨੂੰ ਵੀ ਮਿਲੇ ਇਕੱਠੇ ਹੋ ਗਏ ਸੀ ਉਹਨੇ ਵੀ ਇਹੀ ਗੱਲ ਬਤਾਈ ਸਾਨੂੰ ਵੀ ਇੱਥੇ ਨੂੰ ਨਹੀਂ ਪੁਲ ਲੱਗਣਾ ਹੋਰ ਪਾਸੇ ਨੂੰ ਅਸੀਂ ਲਾ ਸਕਦੇ ਹਾਂ ਆਪਣੇ ਹਲਕੇ ਵਿੱਚ ਐਮਐਲਏ ਕਿਸ ਨੂੰ ਬਣਾਓ ਐਮਐਲਏ ਕੰਗ ਸਾਹਿਬ ਨੂੰ ਜਗਮੋਹਨ ਸਿੰਘ ਕੰਗ ਨੂੰ ਜੀ ਜਗਮੋਹਨ ਸਿੰਘ ਕੰਗ ਜੀ ਨੂੰ ਕੰਗ ਸਾਹਿਬ ਨੂੰ ਤਾਂ ਸਪੋਰਟ ਕਰਦਾ ਜੀ ਹੋਰ ਕਿਸੇ ਨੂੰ ਨਹੀਂ ਕਰਦਾ ਵੋਟਾਂ ਤਾਂ ਹੁਣ ਅਸੀਂ ਕੰਗ ਸਾਹਿਬ ਨੂੰ ਪਾਉਂਗੇ ਜੀ ਕੰਗ ਸਾਹਿਬ ਨੂੰ ਮੈਂ ਤਾਂ ਵੀ ਕੰਗ ਸਾਹਿਬ ਨੂੰ ਕਹਿ ਰਿਹਾ ਜੀ ਅਸੀਂ ਤਾਂ ਦੇਖੋ ਅਸੀਂ ਤਾਂ ਇਹੀ ਚਾਹਾਂਗੇ ਵੀ ਕੰਗ ਸਾਹਿਬ ਦੁਬਾਰੇ ਆਉਣ ਸਤਿ ਸ਼੍ਰੀ ਅਕਾਲ ਸਕਾਈ ਨਿਊਜ਼ ਪੰਜਾਬ ਦੇਖ ਰਹੇ ਹਰੇਕ ਦਰਸ਼ਕ ਦਾ ਮੈਂ ਲਵਲੀ ਕੌਰ ਸਵਾਗਤ ਕਰਦੀ ਹਾਂ ਅਤੇ ਸਵਾਗਤ ਕਰਦੀ ਹਾਂ ਤੁਹਾਡਾ ਸਾਡੇ ਖਾਸ ਪ੍ਰੋਗਰਾਮ ਜਿਸ ਦਾ ਨਾਮ ਹੈ ਸੁਣੋ ਐਮਐਲਏ ਸਾਹਿਬ ਅੱਜ ਸਾਡੀ ਟੀਮ ਆਈ ਹੈ ਪੰਜਾਬ ਦੇ ਇੱਕ ਹਲਕੇ ਖਰੜ ਦੇ ਵਿੱਚ ਤਾਂ ਇੱਥੇ ਅੱਜ ਆਪਾਂ ਜਾਣਦੇ ਹਾਂ ਜਿਵੇਂ ਕਿ ਇਲੈਕਸ਼ਨ ਲੱਗ ਗਏ ਨੇ ਨੇੜੇ ਨੇ ਬਹੁਤ ਅਗਲੇ ਮਹੀਨੇ ਨੇ ਅਤੇ ਆਪਾਂ ਜਾਣਦੇ ਹਾਂ ਕਿ ਆਖਿਰ ਜਿਹੜੀ ਆਮ ਪਬਲਿਕ ਹੈ ਖਰੜ ਦੀ ਹਲਕੇ ਦੀ ਉਹਨਾਂ ਦਾ ਰੁਝਾਨ ਕਿੱਧਰ ਨੂੰ ਹੈ ਹੁਣ ਅਸੀਂ ਆ ਗਏ ਹਾਂ ਪਿੰਡ ਸੁਹਾਲੀ ਪੰਜਾਬ ਦੇ ਏਰੀਏ ਵਿੱਚ ਹੈ ਅਤੇ ਹੁਣ ਆਪਾਂ ਦੇਖਦੇ ਹਾਂ ਕਿ ਇਸ ਪਿੰਡ ਦੇ ਲੋਕ ਆਪਣੇ ਹਲਕੇ ਦਾ ਐਮਐਲਏ ਕਿਸ ਨੂੰ ਬਣਾਉਣਾ ਚਾਹੁੰਦੇ ਆ ਹਾਂਜੀ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਲਖਵੀਰ ਸਿੰਘ ਹੈ ਜੀ ਤੁਸੀਂ ਇੱਥੇ ਦੇ ਲੋਕਲ ਹੋ ਹਾਂਜੀ ਲੋਕਲ ਹੈ ਜੀ ਅਤੇ ਇੱਥੇ ਦੇ ਐਮਐਲਏ ਦੇ ਤੌਰ 'ਤੇ ਕਿਸ ਨੂੰ ਦੇਖਣਾ ਚਾਹੋਗੇ ਤੁਸੀਂ ਅਸੀਂ ਜਗਮੋਹਨ ਸਿੰਘ ਕੰਗ ਨੂੰ ਜੀ ਅੱਛਾ ਜੀ ਉਹਨਾਂ ਨੇ ਕੀ ਕੁਝ ਵਿਕਾਸ ਕੀਤਾ ਇੱਥੇ ਵਧੀਆ ਵਿਕਾਸ ਕੀਤੇ ਹੈ ਜੀ ਪੁਲ ਲਾਏ ਉਰੇ ਹੋਰ ਪਾਰਕਾਂ ਪੂਰਕ ਵਗੈਰਾ ਵਧੀਆ ਬਣਾਈਆਂ ਉਹਨਾਂ ਨੇ ਹਾਂਜੀ ਅਤੇ ਜਿਹੜੇ ਐਮਐਲਏ ਹੁਣੇ ਹੈਗੇ ਨੇ ਮੌਜੂਦਾ ਉਹਨਾਂ ਨੇ ਕੀ ਕੁਝ ਵਿਕਾਸ ਕੀਤਾ ਉਹਨਾਂ ਨੇ ਕੁਝ ਨਹੀਂ ਕੀਤਾ ਹਾਲ ਤੱਕ ਕੁਝ ਵੀ ਨਹੀਂ ਕੋਈ ਸਮੱਸਿਆਵਾਂ ਨਹੀਂ ਹੱਲ ਕੀਤੀਆਂ ਕੋਈ ਸਮੱਸਿਆ ਨਹੀਂ ਹੱਲ ਕੀਤੀ ਜੀ ਅੱਛਾ ਹਾਂਜੀ ਕੋਈ ਸਮੱਸਿਆ ਲੈ ਕੇ ਗਏ ਤੁਸੀਂ ਉਹਨਾਂ ਕੋਲ ਹਾਂਜੀ ਜਾਂਦੇ ਰਹੇ ਹਾਂ ਜੀ ਕਿਵੇਂ ਦੀਆਂ ਸਮੱਸਿਆ ਲੈ ਕੇ ਗਏ ਸਮੱਸਿਆ ਪਾਰਕਾਂ ਵਗੈਰਾ ਪੁਲ ਦੀ ਸਮੱਸਿਆ ਤੀ ਜੀ ਇਹਦੀ ਤੁਹਾਨੂੰ 18-20 ਕਿਲੋਮੀਟਰ ਉੱਪਰ ਨੂੰ ਘੁੰਮ ਕੇ ਜਾਣਾ ਪੈਂਦਾ ਤਾ ਜੀ ਇਹ ਪੁਲ ਕਿਸ ਨੇ ਬਣਵਾਇਆ ਇਹ ਕੰਗ ਸਾਹਿਬ ਨੇ ਬਣਾਇਆ ਤਾ ਜੀ ਅੱਛਾ ਕਿੰਨਾ ਟਾਈਮ ਹੋ ਗਿਆ ਇਹਨੂੰ ਹੋ ਗਏ 8-9 ਮਹੀਨੇ ਹੋ ਗਏ ਜੀ ਹਾਂਜੀ ਤੇ ਇਸ ਪੁਲ ਨਾਲ ਤੁਹਾਨੂੰ ਫਾਇਦਾ ਹੈ ਹਾਂਜੀ ਫਾਇਦਾ ਹੀ ਸਾਨੂੰ ਹੁਣ ਜਾਣਾ ਪੈਂਦਾ ਲੋਕ ਕਿਲੋਮੀਟਰ ਤੇ ਜਾਣਾ ਪੈਂਦਾ ਜੀ ਤਾਂ ਨੀਚੇ ਨਦੀ ਦਿਖ ਰਹੀ ਆ ਸਾਨੂੰ ਨਦੀ ਉਰੇ ਪਾਣੀ ਵਿੱਚ ਨੂੰ ਲੰਘ ਕੇ ਪਹਿਲਾਂ ਕੀ ਨਦੀ ਟੱਪ ਕੇ ਜਾਂਦੇ ਸੀਗੇ ਤੁਸੀਂ ਵਿੱਚ ਨੂੰ ਲੰਘ ਕੇ ਜਾਣਾ ਪੈਂਦਾ ਸੀ ਹਾਂਜੀ ਤੇ ਫਿਰ ਤੇ ਬਹੁਤ ਜ਼ਿਆਦਾ ਦਿੱਕਤ ਹੁੰਦੀ ਬਹੁਤ ਬਹੁਤ ਜ਼ਿਆਦਾ ਦਿੱਕਤ ਹੁੰਦੀ ਸੀ ਕਿਸ ਤਰ੍ਹਾਂ ਦੀ ਦਿੱਕਤ ਹੁੰਦੀ ਆ ਸੀਗੀ ਪਾਣੀ 'ਚ ਨੂੰ ਲੰਘਣਾ ਜੀ ਪਾਣੀ ਜ਼ਿਆਦਾ ਪਾਣੀ ਆ ਜਾਣਾ ਫਿਰ ਲੰਘਣੀ ਹੋਣਾ ਤੋਰ ਕੇ ਲੰਘਦੇ ਸੀ ਜਾਂ ਕਿਸੇ ਗੱਡੀ ਤੇ ਲੰਘਦੇ ਸੀਗੇ ਤੋਰ ਕੇ ਜਾਂਦੇ ਸੀ ਜੀ ਹਾਂਜੀ ਫਿਰ ਤੇ ਬਹੁਤ ਜ਼ਿਆਦਾ ਦਿੱਕਤ ਬਹੁਤ ਜ਼ਿਆਦਾ ਦਿੱਕਤ ਸੀ ਜੀ ਹੁਣ ਜਾਨੀ ਵਧੀਆ ਗੱਡੀਆਂ ਲੰਘਦੀਆਂ ਸੀ ਇਥੋਂ ਗੱਡੀਆਂ ਜਦ ਸੁੱਕਾ ਹੁੰਦਾ ਤਾਂ ਜੀ ਤਾਂ ਹੀ ਲੰਘਦੇ ਜਦੋਂ ਬਾਰਿਸ਼ ਹੋ ਜਾਂਦੀ ਸੀ ਫਿਰ ਕਰਾਲੀ ਵਗੈਰਾ ਦੀ ਘੁੰਮ ਕੇ ਆਉਣਾ ਪੈਂਦਾ ਤਾਂ ਜੀ ਤੁਸੀਂ ਕਹਿ ਰਹੇ ਹੋ ਕਿ ਇਸ ਪੁਲ ਨੂੰ 8-9 ਮਹੀਨੇ ਹੋਏ ਆ ਤੇ ਉਦੋਂ ਤਾਂ ਐਮਐਲਏ ਸਾਹਿਬ ਹੈ ਨਹੀਂ ਸੀਗੇ ਕੰਗ ਸਾਹਿਬ ਨਹੀਂ ਸੀਗੇ ਇਸ ਹਲਕੇ ਦੇ ਐਮਐਲਏ ਫਿਰ ਵੀ ਉਹਨਾਂ ਨੇ ਪੁਲ ਬਣਵਾਇਆ ਜੀ ਹਾਂਜੀ ਹੁਣ ਤੁਹਾਨੂੰ ਕੀ ਕਿਸ ਤਰ੍ਹਾਂ ਦੀ ਸਮੱਸਿਆ ਹੈ ਤੁਹਾਡੇ ਪਿੰਡ 'ਚ ਹੁਣ ਸਮੱਸਿਆ ਜੀ ਹੋਰ ਵੀ ਸਮੱਸਿਆ ਹੈਗੀ ਹਲੇ ਆਹ ਰੋਡ ਪੱਕੀ ਨਹੀਂ ਹੋਈ ਹੈ ਜੀ ਕੰਗ ਸਾਹਿਬ ਆ ਜੂੰਗੇ ਤਾਂ ਰੋਡ ਪੱਕੀ ਵੀ ਹੋ ਜੂਗੀ ਜੀ ਇਹ ਸਮੱਸਿਆ ਤੀ ਜੀ ਪਹਿਲਾਂ ਘੱਟ ਆਉਂਦੀ ਸੀ ਹੁਣ 24 ਘੰਟੇ ਆਉਂਦੀ ਹੈ ਜੀ ਹਾਂਜੀ ਤੇ ਇਹ ਵੀ ਕੰਗ ਸਾਹਿਬ ਨੇ ਹੀ ਹੱਲ ਕੀਤਾ ਹੈ ਉਹਨਾਂ ਨੇ ਹੀ ਹੱਲ ਕੀਤਾ ਹਾਂਜੀ ਹਾਂਜੀ ਅੱਛਾ ਤੇ ਹੁਣ ਕੀ ਜਾਓਗੇ ਕਿ ਮਤਲਬ ਜਿਸ ਤਰ੍ਹਾਂ ਹੁਣ ਤੁਸੀਂ ਜੇ ਕੰਗ ਸਾਹਿਬ ਨੂੰ ਵੋਟਾਂ ਦੇ ਕੇ ਐਮਐਲਏ ਬਣਾਉਂਦੇ ਹੋ ਆਪਣੇ ਹਲਕੇ ਦੇ ਤੇ ਕੀ ਚਾਹੋਗੇ ਕਿਸ ਤਰ੍ਹਾਂ ਦੀ ਸਮੱਸਿਆ ਹੱਲ ਕਰਨ
ਅਸੀਂ ਰੋਡਾਂ ਵਗੈਰਾ ਕਹੋਗੇ ਇਹਨਾਂ ਨੂੰ ਵਧੀਆ ਬਣਾ ਦਿਆ ਹੋਰ ਜੀ ਜਿਸ ਤਰ੍ਹਾਂ ਪਹਿਲਾਂ ਬਣਾਉਂਦੇ ਆਏ ਉਹ ਹੁਣ ਵੀ ਬਣਾਉਂਗੇ ਜੀ ਹਾਂਜੀ ਹਾਂਜੀ ਪਿੰਡ ਵਿੱਚ ਪੱਕੀ ਸੜਕ ਨਹੀਂ ਹੈ ਪਿੰਡ 'ਚ ਹੈਗੀ ਵੀ ਹੈ ਕਾਫੀ ਰਸਤਾ ਕੱਚਾ ਵੀ ਹੈ ਜੀ ਹਾਂਜੀ ਜੇ ਉਹ ਬਣ ਜਾਣਗੇ ਫਿਰ ਉਹ ਕਰਵਾ ਵੀ ਦੇਣਗੇ ਹੱਲ ਹੋਰ ਤਾਂ ਕੋਈ ਆਉਂਦਾ ਨਹੀਂ ਹੈਗਾ ਬਣਾਉਣ ਬਾਰੇ ਆਮ ਆਦਮੀ ਪਾਰਟੀ ਦੇ MLA ਨੇ ਕੁਝ ਵੀ ਨਹੀਂ ਕੀਤਾ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਉਹ ਜੀ ਆ ਹਾਲ ਤੱਕ ਆਏ ਨਹੀਂ ਹੈਗੇ ਉਰੇ ਜਦੋਂ MLA ਬਣੇ ਆ ਜੀ ਉਹਨਾਂ ਦਾ ਇੱਕ ਵਾਰ ਸ਼ਕਲ ਵੀ ਨਹੀਂ ਦਿਖਾਈ ਹੈਗੀ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਕੈਪਟਨ ਨਛੱਤਰ ਸਿੰਘ ਪਿੰਡ ਘੋਲਾ ਕਲਾਂ ਅਗਲੇ ਮਹੀਨੇ ਵੋਟਾਂ ਨੇ ਕਿਹਨੂੰ ਵੋਟ ਦੇਣ ਜਾ ਰਹੇ ਹੋ ਤੁਸੀਂ ਕਾਂਗਰਸ ਨੂੰ ਜੀ ਕੈਪਟਨ ਆਪਣਾ ਕੰਗ ਸਾਹਿਬ ਨੂੰ ਸੀਐਮ ਦਾ ਚਿਹਰਾ ਕਿਸ ਨੂੰ ਦੇਖਣਾ ਚਾਹੁੰਦੇ ਹੋ ਸੀਐਮ ਦਾ ਚਿਹਰਾ ਜਦੋਂ ਬਣ ਜਾਏਗਾ ਉਸ ਟਾਈਮ ਸੋਚਾਂਗੇ ਜੋ ਪਾਰਟੀ ਕਰੇਗੀ ਡਿਸਾਈਡ ਉਸ ਟਾਈਮ ਆਪਣੇ ਹਲਕੇ ਵਿੱਚ MLA ਕਿਸ ਨੂੰ ਬਣਾਓਗੇ ਤੁਸੀਂ MLA ਕੰਗ ਸਾਹਿਬ ਨੂੰ ਕੰਗ ਜੀ ਨੂੰ ਬਣਾਓਗੇ ਜਗਮੋਹਨ ਸਿੰਘ ਕੰਗ ਸਾਹਿਬ ਸਾਡੇ ਬਹੁਤ ਹਰਮਨ ਪਿਆਰੇ ਬੰਦੇ ਨੇ ਮਿਹਨਤ ਕਰਨ ਵਾਲੇ ਬੰਦੇ ਨੇ ਉਹਨਾਂ ਦਾ ਕੰਮ ਪਿਆਰਾ ਸਾਨੂੰ ਹਾਂਜੀ 2017 ਤੋਂ ਤਾਂ ਆਮ ਆਦਮੀ ਪਾਰਟੀ ਦੇ ਹੈਗੇ ਨੇ ਇੱਥੇ MLA ਤਾਂ ਉਹਨਾਂ ਨੇ ਕੁਝ ਵਿਕਾਸ ਕੀਤਾ ਤੁਹਾਡੇ ਏਰੀਆ 'ਚ ਕੁਝ ਵੀ ਨਹੀਂ ਕੀਤਾ ਜੀ ਉਹ ਤਾਂ ਆਏ ਨਹੀਂ ਕਦੇ ਦੇਖੇ ਹੀ ਨਹੀਂ ਇੱਥੇ ਆਏ ਆਉਂਦੇ ਹੋਏ ਨਾ ਜੀ ਉਹ ਨਹੀਂ ਆਏ ਇੱਥੇ ਕਿਸ ਤਰ੍ਹਾਂ ਦੀਆਂ ਤੁਹਾਨੂੰ ਇੱਥੇ ਸਮੱਸਿਆਵਾਂ ਵਾ ਤੁਹਾਡੇ ਹਲਕੇ ਵਿੱਚ ਤੁਹਾਡੇ ਇਸ ਪਿੰਡ ਵਿੱਚ ਸਮੱਸਿਆਵਾਂ ਹੈ ਸੜਕਾਂ ਦੀਆਂ ਹੀ ਹੈ ਜੀ ਸੜਕਾਂ ਟੁੱਟੀ ਟੱਟ ਜਾਂਦੀਆਂ ਇਹ ਸਾਨੂੰ ਫਿਰ ਬੜਾ ਪਰੇਸ਼ਾਨੀ ਆਉਂਦੀ ਹੈ ਆਉਣ ਜਾਣ ਵਾਸਤੇ ਹੋਰ ਸਾਰੇ ਕੰਮਾਂ ਵਾਸਤੇ ਤੇ ਤੁਸੀਂ ਚਾਹੁੰਦੇ ਹੋ ਕਿ ਹੁਣ ਕਾਂਗਰਸ ਦੇ MLA ਆਉਣ ਤੇ ਉਹਨਾਂ ਕੋਲ ਕਿਸ ਤਰ੍ਹਾਂ ਦੇ ਵਿਕਾਸ ਦੀ ਉਮੀਦ ਕਰਦੇ ਹੋ ਤੁਸੀਂ ਉਹਨਾਂ ਕੋਲੋਂ ਸਾਰੇ ਵਿਕਾਸ ਕਰਾਉਣੇ ਜੀ ਪਿੰਡ ਦੇ ਵਿਕਾਸ ਰੁਕੇ ਪਏ ਹੈ ਹਾਂਜੀ ਪਿੰਡ ਦੇ ਵਿਕਾਸ ਜਿਹੜੇ ਰਹਿੰਦੇ ਹੋਏ ਉਹ ਕਾਂਗਰਸ ਨੇ ਪੂਰੇ ਕਰਨੇ ਸਾਨੂੰ ਉਮੀਦ ਹੈ ਸਾਨੂੰ ਉਮੀਦ ਕਿ ਪੂਰਾ ਵਿਸ਼ਵਾਸ ਹੈ ਕਿ ਜਦੋਂ ਕਾਂਗਰਸ ਆਈ ਹੈ ਉਹਨਾਂ ਨੇ ਹੀ ਕੰਮ ਕਰਵਾਏ ਹੈ ਕਿਸ ਤਰ੍ਹਾਂ ਦੇ ਕੰਮ ਦੀ ਉਮੀਦ ਰੱਖਦੇ ਹੋ ਗਲੀਆਂ ਨਾਲੀਆਂ ਟੋਭਿਆਂ ਦੇ ਕੰਮ ਹੁਣ ਹੋ ਰਹੇ ਹੈ ਉਹ ਬੜਾ ਵਧੀਆ ਕੰਮ ਹੋ ਰਿਹਾ ਪਿੰਡ ਦੀ ਪੰਚਾਇਤ ਵੀ ਬੜਾ ਵਧੀਆ ਕੰਮ ਕਰ ਰਹੀ ਹੈ ਹਾਂਜੀ ਅਤੇ ਇਹ ਪੁਲ ਬਾਰੇ ਮੈਂ ਦੱਸਣਾ ਚਾਹੁੰਦਾ ਜਿਹੜਾ ਪੁਲ ਬਣਵਾਇਆ ਕੰਗ ਸਾਹਿਬ ਨੇ ਆਹ ਇਹਦੀ ਮਹੱਤਤਾ ਤਾਂ ਮੈਨੂੰ ਜ਼ਿਆਦਾ ਪਤਾ ਜੀ ਕਿਉਂਕਿ ਮੈਂ ਆਰਮੀ 'ਚੋਂ ਇੱਕ ਵਾਰ ਛੁੱਟੀ ਆਇਆ 76 ਨੰਬਰ ਬੱਸ ਇੱਥੇ ਆਉਂਦੀ ਸੀ ਇੱਥੇ ਨਦੀ ਆਈ ਹੋਈ ਸੀ ਆਹ ਨਦੀ ਆਈ ਸੀ ਸਾਰਾ ਦਿਨ ਮੈਂ ਇੱਥੇ ਨਦੀ ਦੀ ਵੇਟ ਕਰਦਾ ਰਿਹਾ ਕਿ ਨਦੀ ਕਦੋਂ ਉਤਰੇ ਔਰ ਮੈਂ ਘਰ ਜਾਵਾਂ ਆਹ ਪਿੰਡ ਦੇਖ ਲਓ ਮੇਰਾ ਕਿੰਨੀ ਕੁ ਦੂਰ ਇੱਥੋਂ ਮੈਂ ਸਾਰਾ ਦਿਨ ਇੱਥੇ ਤਾਂ ਮਤਲਬ ਘਰ ਨਹੀਂ ਜਾ ਸਕਿਆ ਕਿਉਂਕਿ ਡਿਊ ਟੂ ਨਦੀ ਦੇ ਕਾਰਨ ਨਦੀ ਆਈ ਹੋਈ ਸੀ ਪੁੜ ਨਹੀਂ ਸੀ ਉਸ ਟਾਈਮ ਤਾਂ ਉਹ ਤੋਂ ਬਾਅਦ ਮੈਂ ਪਿੱਛੇ ਮੁੜ ਗਿਆ ਚੰਡੀਗੜ੍ਹ ਚਲੇ ਗਿਆ ਚੰਡੀਗੜ੍ਹ ਜਾ ਕੇ ਬਾਇਆ ਖਰੜ ਕੁਰਾਲੀ ਘੁੰਮਦੇ ਹੋਏ ਤਾਂ ਪਿੰਡ ਮੈਂ ਪਹੁੰਚਿਆ ਸੀ ਮੈਨੂੰ ਇਹ ਪੁਲ ਦਾ ਇੰਨਾ ਮਤਲਬ ਹੁਣ ਲੱਗਿਆ ਜਦੋਂ ਲੱਗਿਆ ਮੈਂ ਮੇਰੇ ਯਾਦ ਆਉਂਦਾ ਇਹ ਕਿ ਮੈਂ ਜ਼ਿੰਦਗੀ ਦੇ ਵਿੱਚ ਇੱਕ ਸਵੇਰੇ ਤੋਂ ਸੁਬਾਹ ਤੋਂ ਬੈਠਾ ਸੀ ਇੱਥੇ ਸੁਬਾਹ ਤੋਂ ਇੱਥੇ ਬੈਠ ਕੇ ਸ਼ਾਮ ਹੋ ਗਈ ਸੀ ਤਾਂ ਫਿਰ ਜਾ ਕੇ ਜਦੋਂ ਮੈਂ ਤਾਂ ਘਰ ਪਹੁੰਚਿਆ ਸੀ ਇਹ ਪੁਲ ਲੱਗਣ ਨਾਲ ਤਾਂ ਬਹੁਤ ਹੀ ਜ਼ਿਆਦਾ ਫਾਇਦਾ ਹੋਇਆ ਕਿੰਨੇ ਸਾਲ ਹੋ ਗਏ ਨੇ ਇਸ ਪੁਲ ਨੂੰ ਇਹ ਹੁਣ ਆਈਡੀਆ ਤਾਂ ਇੰਨਾ ਹੈ ਨਹੀਂ 15 ਸਾਲ ਤੋਂ ਜ਼ਿਆਦਾ ਹੀ ਹੋ ਗਏ ਹਾਂਜੀ ਇਹ ਜਗਮੋਹਨ ਸਿੰਘ ਜੀ ਨੇ ਕੰਗ ਜੀ ਨੇ MLA ਨੇ ਹੀ ਬਣਵਾਇਆ ਸੀ ਉਹਨਾਂ ਨੇ ਹੀ ਬਣਵਾਇਆ ਜੀ ਇਹ ਉਹਨਾਂ ਦੀ ਮਿਹਨਤ ਹੈ ਜਿੰਨੇ ਵੀ ਪੁਲ ਬਣੇ ਇਸ ਇਲਾਕੇ 'ਚ ਸਾਰੇ ਕੰਗ ਸਾਹਿਬ ਨੇ ਬਣਾਏ ਹਾਂਜੀ ਅਤੇ ਹੁਣ ਤੁਸੀਂ ਚਾਹੁੰਦੇ ਹੋ ਕਿ ਫਿਰ ਉਹੀ ਆ ਅਸੀਂ ਤਾਂ ਚਾਹੁੰਦੇ ਜੀ ਅਸੀਂ ਤਾਂ ਵੀ ਉਹੀ ਆਵੇ ਤਾਂ ਸਾਡੇ ਇਲਾਕੇ ਦਾ ਵਿਕਾਸ ਹੋਵੇ ਇਲਾਕੇ ਦਾ ਵਿਕਾਸ ਉਹਨਾਂ ਨਾਲ ਹੀ ਹੋਣਾ ਹੈ ਕੰਗ ਸਾਹਿਬ ਨੂੰ ਕਿਸ ਤਰ੍ਹਾਂ ਦੀ ਪਰਸਨੈਲਿਟੀ ਦੇ ਤੌਰ 'ਤੇ ਦੇਖਦੇ ਹੋ ਪਰਸਨੈਲਿਟੀ ਕੰਮ ਉਹ ਤਾਂ ਕੰਮ ਕਰਦੇ ਲੋਕਾਂ ਦੇ ਵਿੱਚ ਰਹਿੰਦੇ ਹਰ ਟਾਈਮ ਕੰਮ ਕਰਦੇ ਵਧੀਆ ਜਿਹੜਾ ਕੰਮ ਦੱਸ ਦਿਉ ਉਹ ਉਹਦੇ ਪਿੱਛੇ ਹੀ ਪੈ ਜਾਂਦੇ ਹਾਂ ਕੰਮ ਕਰਾ ਕੇ ਛੱਡਦੇ ਮਤਲਬ ਪੂਰਾ ਮਨ ਬਣਾ ਲਿਆ ਹੈ ਕਿ ਆਪ ਦੇ ਜਿਹੜੇ MLA ਆ ਉਹਨਾਂ ਨੂੰ ਆਪਾਂ ਐਤਕੀ ਟਾਟਾ ਬਾਏ ਬਾਏ ਅਸੀਂ MLA ਆਪ ਦੇ ਜਾਂ ਹੋਰ ਦੇ ਅਸੀਂ ਕੰਗ ਸਾਹਿਬ ਨੂੰ ਜਾਣਦੇ ਕੰਗ ਸਾਹਿਬ ਹਰ ਟਾਈਮ ਸਾਡੇ ਵਿੱਚ ਰਹਿੰਦੇ ਔਰ ਕੰਮ ਕਰਾਉਂਦੇ ਅਸੀਂ ਬਹੁਤ ਖੁਸ਼ ਹਾਂ ਕੰਗ ਸਾਹਿਬ ਨਾਲ ਚਲੋ ਬਹੁਤ ਬਹੁਤ ਧੰਨਵਾਦ ਸਰ ਜੀ ਤੁਹਾਡਾ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਸਾਨੂੰ ਮੈਡਮ ਥੈਂਕ ਯੂ ਤਾਂ ਇਸ ਪੁਲ ਦੇ ਆਪਾਂ ਬੜੇ ਚਰਚੇ ਸੁਣੇ ਨੇ ਕਿ ਇੱਥੇ ਇਸ ਪੁਲ ਨੂੰ ਕੰਗ ਸਾਹਿਬ ਨੇ ਬਣਾਇਆ ਹੈ ਅਤੇ ਇੱਥੇ ਦੇ ਜਿਹੜੇ ਲੋਕ ਨੇ ਉਹਨਾਂ ਦੀਆਂ ਬੜੀਆਂ ਤਾਰੀਫਾਂ ਕਰਦੇ ਨੇ ਉਹ ਚਾਹੁੰਦੇ ਨੇ ਕਿ ਇੱਥੇ ਉਹਨਾਂ ਦੇ ਹਲਕੇ ਵਿੱਚ ਕੰਗ ਸਾਹਿਬ ਫਿਰ ਤੋਂ ਆਉਣ ਉਹ ਚਾਹੁੰਦੇ ਨੇ MLA ਦੇ ਤੌਰ 'ਤੇ ਕੰਗ ਸਾਹਿਬ ਫਿਰ ਤੋਂ ਆਉਣ ਅਤੇ ਜਿਹੜੇ ਆਪ ਦੇ ਅਤੇ ਅਕਾਲੀ ਦੇ MLA ਰਹੇ ਆ 10 ਸਾਲਾਂ ਤੋਂ ਆਪ ਦਾ MLA ਜਿਹੜਾ ਰਿਹਾ ਹੈ ਉਹ ਇਹ ਉਹਨਾਂ ਨੂੰ ਬਿਲਕੁਲ ਪਸੰਦ ਨਹੀਂ ਕਰਦੇ ਕੁਛ ਲੋਕ ਨੇ ਸਾਡੇ ਇੱਧਰ ਆ ਰਹੇ ਨੇ ਆਪਾਂ ਇਹਨਾਂ ਨੂੰ ਰੋਕਦੇ ਹਾਂ ਇਹਨਾਂ ਨੂੰ ਪੁੱਛਦੇ ਹਾਂ ਇੱਕ ਵਾਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਇੱਥੇ ਦੇ ਲੋਕਲ ਹੋ ਹਾਂਜੀ ਕੀ ਨਾਮ ਹੈ ਤੁਹਾਡਾ ਪਰਵਿੰਦਰ ਸਿੰਘ ਅੱਛਾ ਜੀ ਅਤੇ ਆਪਾਂ ਸੁਣਿਆ ਹੈ ਕਿ ਇਹ ਪੁਲ ਨੂੰ ਕੰਗ ਸਾਹਿਬ ਨੇ ਬਣਾਇਆ ਹਾਂਜੀ ਕੰਗ ਸਾਹਿਬ ਨੇ ਬਣਾਇਆ ਅਤੇ ਅਗਲੇ ਮਹੀਨੇ ਵੋਟਾਂ ਵੀ ਹੈ ਤੁਸੀਂ ਕਿਹਨੂੰ MLA ਬਣਾ ਰਹੇ ਹੋ ਇੱਥੇ ਜਗਮੋਹਨ ਸਿੰਘ ਕੰਗ ਜੀ ਨੂੰ ਅਤੇ ਉਹਨਾਂ ਨੇ ਕਿਵੇਂ ਦੇ ਕੰਮ ਕੀਤੇ ਆ ਆਪਾਂ ਸੁਣਿਆ ਵਿਕਾਸ ਵੀ ਕੀਤਾ ਉਹਨਾਂ ਨੇ ਇੱਥੇ ਅਤੇ ਜਿਹੜੇ ਆਪ ਦੇ ਰਹੇ MLA 10 ਸਾਲਾਂ ਤੋਂ ਉਹਨਾਂ ਨੇ ਕੁਛ ਵਿਕਾਸ ਨਹੀਂ ਕੀਤਾ ਇੱਥੇ ਦੇ ਲੋਕਾਂ ਦਾ ਕਹਿਣਾ ਹੈ ਪਿਛਲੇ 5 ਸਾਲਾਂ ਤੋਂ ਉਰੇ ਆਪ ਪਾਰਟੀ ਦੇ ਸੀਗੇ
वो तो पिंड कदे वड़े ही नहीं है। जे कंग साहब साढ़े दिन रात उरे आते रहे हैं, उन्होंने विकास साढ़े पिंड का भी बड़ा कराया, तो आह पुल नवा लवाया, ये कदे उम्मीद ही नहीं भी कदे पुल लगेगा, पर फिर भी ये पुल लग गया साडा, तो असी उन्हों का बहुत बहुत धन्यवाद करते हैं। तो कंग साहब साढ़े इन्ने काम करे हैं ना उन्होंने इस इलाके, उन्होंने तो पुल कंगे पुल वाला कहने हैं। हाँ जी, उन्होंने घट्टो घट 15-20 पुल इस इलाके लाए हैं, तो इस करके असी तो कंग साहब न चाहते हैं भी कंग साहब ही आने साढ़े को दोबारा फिर। हाँ जी, तो जिहड़े MLA ने आम आदमी पार्टी के, उन्होंने कुछ विकास किया थोड़े हल्के? नहीं, उन्होंने विकास का की करना जी, वह तो दोबारा आए ही नहीं पिंड च। हाँ जी, कदे नहीं आए जी, किसी कदे मतलब किसी सोग से नहीं, किसी खुशी के प्रोग्राम से कदे किसी से नहीं आए है। ਉਹਨਾਂ ਦੇ ਰਹਿੰਦੇ ਹੋਏ ਕੀ ਕੁਛ ਇੱਥੇ ਤੁਹਾਨੂੰ ਸਮੱਸਿਆਵਾਂ ਝੇਲਣੀਆਂ ਪਈਆਂ? ਬਹੁਤ ਸਮੱਸਿਆ ਝੇਲਣੀਆਂ ਪਈਆਂ, ਪਰ ਅਸੀਂ ਕੰਗ ਸਾਹਿਬ ਤੋਂ ਕਰਾਉਂਦੇ ਰਹੇ ਹਾਂ ਜੀ, ਹਰੇਕ ਜੋ ਵੀ ਕੰਮ ਕਰਵਾਇਆ ਅਸੀਂ ਕੰਗ ਸਾਹਿਬ ਨੂੰ ਕਹਿੰਦੇ ਸੀ, ਉਹੀ ਕਰਦੇ ਰਹੇ ਹਾਂ ਸਾਡੇ। ਉਹ ਹਾਰੇ ਹੋਏ ਵੇ ਸੀ, ਪਹਿਲਾਂ ਮੰਤਰੀ ਵੀ ਰਹੇ ਆ ਉਹ, ਪਰ ਉਹੀ ਕੰਮ ਕਰਦੇ ਰਹੇ ਹਾਂ ਸਾਡਾ। ਹਾਂਜੀ, ਅਤੇ ਇੱਕ ਅਗਰ ਉਹਨਾਂ ਨੂੰ ਵਿਅਕਤੀਤਵ ਦੇ ਤੌਰ 'ਤੇ ਦੇਖਿਆ ਜਾਵੇ ਤਾਂ ਕਿਵੇਂ ਦੇ ਹੈਗੇ ਨੇ ਉਹ? ਉਹ ਤਾਂ ਬਹੁਤ ਨਾਈਸ ਬੰਦੇ ਆ ਜੀ, ਉਹਨਾਂ ਦਾ ਕਦੇ ਗੁੱਸਾ ਤਾਂ ਆਉਂਦਾ ਹੀ ਨਹੀਂ ਹੈ ਜੀ, ਅਤੇ ਜਦੋਂ ਵੀ ਅਸੀਂ ਕੰਮ ਕਹਿਣ ਕੋਈ ਕਹਿੰਦੇ ਹਾਂ ਕਰਨ ਵਾਸਤੇ ਤਾਂ ਉਹ ਸਾਡਾ ਸੁਣਦੇ ਹੈ, ਬਸ ਵਧੀਆ ਤਰੀਕੇ ਨਾਲ ਸੁਣਦੇ ਹੈ। ਹਾਂਜੀ, ਉਹਨਾਂ ਦੇ ਬੇਟੇ ਦੀ ਵੀ ਇੱਥੇ ਕਾਫੀ ਚਰਚਾ ਹੈ, ਮੈਂ ਲੋਕਾਂ ਕੋਲ ਸੁਣਿਆ। ਤੁਹਾਡੇ ਤੋਂ ਪਹਿਲਾਂ ਇੱਕ ਜਿਹਨੂੰ ਪੁੱਛਿਆ ਸੀਗਾ ਆਪਾਂ, ਅਤੇ ਉਹ ਕਹਿੰਦੇ ਕਿ ਉਹਨਾਂ ਦੇ ਬੇਟੇ ਵੀ ਕਾਫੀ ਅੱਛੇ ਨੇ, ਅਤੇ ਉਹਨਾਂ ਨੇ ਵੀ ਕਾਫੀ ਸਾਡੀਆਂ ਸਮੱਸਿਆਵਾਂ ਹੱਲ ਕੀਤੀਆਂ, ਤੁਸੀਂ ਕੁਝ ਕਹਿਣਾ ਚਾਹੋਗੇ ਉਹਨਾਂ ਦੇ ਬਾਰੇ? ਹਾਂਜੀ, ਬੰਨੀ ਕੰਗ ਜੀ ਵੀ ਬੜੇ ਵਧੀਆ ਬੰਦੇ ਆ ਜੀ, ਅਸੀਂ ਉਹਨਾਂ ਭਰਾਵਾਂ ਵਾਂਗ ਹੈ ਜੀ, ਅਸੀਂ ਜਾਂਦੇ ਹਾਂ ਆਉਂਦੇ ਹਾਂ, ਅਤੇ ਬੜੇ ਵਧੀਆ ਲੱਗਦੇ ਹਾਂ ਸਾਡੇ ਕੰਮ ਵੀ। ਯਾਦਵਿੰਦਰ ਕੰਗ ਸੀ ਜੀ ਦੇ ਬਾਰੇ ਕੀ ਕਹਿਣਾ ਚਾਹੋ? ਹਾਂਜੀ ਹਾਂਜੀ, ਉਹੀ ਬੰਨੀ ਕੰਗ ਹੈ ਜੀ, ਯਾਦਵਿੰਦਰ ਸਿੰਘ ਜੀ ਬੰਨੀ ਕੰਗ। ਹਾਂਜੀ, ਉਹਨਾਂ ਦੇ ਦੋ ਨਾਮ ਨੇ? ਦੋ ਨਾਮ ਨੇ, ਛੋਟਾ ਨਾਮ ਨਾਲ ਹੀ ਜਾਣਦੇ ਹਾਂ ਜੀ ਜ਼ਿਆਦਾ, ਲਗਾਤਾਰ ਬੰਨੇ ਚੰਨਾ ਤਾਂ, ਯਾਦਵਿੰਦਰ ਤਾਂ ਬੜੇ ਘੱਟ ਜਾਣਦੇ ਹਾਂ, ਬੰਨੀ ਕੰਗ ਨਾਲ ਜ਼ਿਆਦਾ ਜਾਣਦੇ ਹਾਂ। ਅਤੇ ਮਤਲਬ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਹਲਕੇ 'ਚ ਫਿਰ ਤੋਂ MLA ਸਾਹਿਬ ਜਿਹੜੇ ਨੇ ਉਹ ਕੰਗ ਸਾਹਿਬ ਹੀ ਆ? ਕੰਗ ਸਾਹਿਬ ਹੀ ਆਉਣ ਜੀ, ਸਾਨੂੰ ਤਾਂ ਇਹੀ ਹੈ ਜੀ। ਹੋਰ ਕਿਹੜੀਆਂ ਸਮੱਸਿਆਵਾਂ ਹੈ ਜਿਹੜੇ ਉਹਨਾਂ ਦੇ ਆਉਣ 'ਤੇ ਤੁਸੀਂ ਚਾਹੁੰਦੇ ਹੋ ਕਿ ਉਹ ਹੱਲ ਕਰਨ? ਇੱਥੇ ਸਾਡਾ ਇੱਕ ਤਾਂ ਇਹ ਪੁਲ ਥੋੜ੍ਹਾ ਜਿਹਾ ਪ੍ਰੀਮਿਕਸ ਪਾਉਣ ਤੋਂ ਰਹਿੰਦਾ ਜੀ, ਜੇ ਉਹ ਹੁੰਦੇ ਆ ਤਾਂ ਜਿਕਣਾ ਬਿਨਾਂ MLA ਹੁੰਦੇ ਹੋਏ ਵੀ ਸਾਡਾ ਪੁਲ ਲਵਾਇਆ ਜੀ, ਜੇ ਮੰਤਰੀ ਬਣ ਕੇ ਆਉਣਗੇ ਸਾਡਾ ਹੋਰ ਵੀ ਸਾਡਾ ਨਕਸ਼ਾ ਬਦਲੇਗਾ। ਅੱਛਾ ਜੀ, ਹਾਂਜੀ, ਅਤੇ ਤੁਹਾਡੇ ਘਰ ਦੀਆਂ ਸਾਰੀਆਂ ਵੋਟਾਂ ਕਾਂਗਰਸ ਨੂੰ ਹੀ ਜਾ ਰਹੀਆਂ? ਹਾਂਜੀ, ਸਾਰੀਆਂ ਜੀ, ਅਸੀਂ ਅਕਾਲੀ ਤਾਂ ਜੀ ਪਹਿਲਾਂ ਅਮੈਂਡਡ ਅਕਾਲੀ ਸੀਗੇ ਜੀ, ਪਰ ਕੰਗ ਸਾਹਿਬ ਨਾਲ ਜਦੋਂ ਕੰਗ ਸਾਹਿਬ ਆਏ ਆ ਜੀ ਤਾਂ ਉਹਨਾਂ ਨਾਲ ਅਸੀਂ ਜੁੜ ਗਏ, ਕਾਂਗਰਸ ਹੀ ਬਣ ਗਏ। ਚਲੋ ਜੀ, ਬਹੁਤ ਵਧੀਆ, ਬਹੁਤ ਬਹੁਤ ਧੰਨਵਾਦ ਤੁਹਾਡਾ। ਹਾਂਜੀ ਸਰ, ਤੁਹਾਡਾ ਕੀ ਨਾਮ ਹੈ? ਮੇਜਰ ਸਿੰਘ ਹੈ ਜੀ। ਲੋਕਲ ਤੁਸੀਂ? ਹਾਂਜੀ ਹਾਂਜੀ, ਲੋਕਲ ਹੈ ਜੀ। ਅਤੇ ਅਗਲੇ ਮਹੀਨੇ ਇਲੈਕਸ਼ਨ ਨੇ, ਕਿਹਨੂੰ ਵੋਟ ਪਾ ਰਹੇ ਹੋ? ਕੰਗ ਸਾਹਿਬ ਨੂੰ ਜੀ। ਕੰਗ ਸਾਹਿਬ ਨੂੰ? ਅਤੇ ਤੁਹਾਡੇ ਹਲਕੇ ਦੇ MLA ਤੁਸੀਂ ਕੰਗ ਸਾਹਿਬ ਨੂੰ ਹੀ ਬਣਾ ਰਹੇ ਹੋ? ਹਾਂਜੀ, ਇਹ ਤਾਂ ਬੁਰਾ ਹਾਲ ਤਾਂ ਸਾਡਾ, ਇੱਥੇ ਨਦੀ ਨੂੰ ਲੰਘਣਾ ਪੈਂਦਾ ਤਾ ਜੀ, ਆਰਾਮ ਦੇ ਲੰਘਦਾ ਲੈਂਦੇ ਜੀ ਹੁਣ। ਨਦੀ ਤੋਂ ਕਿਵੇਂ ਲੰਘਦੇ ਸੀ? ਬਹੁਤ ਬੁਰਾ ਹਾਲ ਤਾਂ ਜੀ, ਪਾਣੀ ਪੂਣ ਦੋ ਦੇ ਪਾਣੀ ਚੱਲਦਾ ਹੀ ਦਿਖਾ ਦਿੰਦੇ ਜੀ। ਕਿੰਨਾ ਟਾਈਮ ਹੋਇਆ ਇਸ ਪੁੱਲ ਨੂੰ? ਇਹਨੂੰ ਹੋ ਗਏ ਜੀ, ਅੱਛਾ ਸਾਲ ਕੁ ਹੋ ਗਿਆ, 7-8 ਮਹੀਨੇ ਹੋ ਗਏ, ਬਹੁਤ ਵਧੀਆ ਫਾਇਦਾ ਆਈ ਸਾਨੂੰ। ਹਾਂਜੀ, ਨਹੀਂ ਤਾਂ ਇਹਨੇ ਵਾਪਸ ਪਿੱਛਾ ਨੂੰ ਜਾਣਾ। ਇਹ ਕੰਗ ਸਾਹਿਬ ਜੀ ਨੇ ਹੀ ਬਣਾ ਕੇ ਦਿੱਤਾ? ਕੰਗ ਸਾਹਿਬ ਨੇ ਬਣਾਇਆ ਸਭ। ਤੇ ਹੋਰ ਕੀ ਕੁਝ ਵਿਕਾਸ ਚਾਹੁੰਦੇ ਹੋ ਤੁਸੀਂ? ਵਧੀਆ ਕਰਦੇ ਜਿਹੜਾ ਕੁਝ ਕਹਿੰਦੇ ਕੰਗ ਸਾਹਿਬ ਨੂੰ ਕਹਿੰਦੇ ਜੀ ਅਸੀਂ। ਤੁਸੀਂ ਉਹਨਾਂ ਨੂੰ ਵੋਟ ਦੇ ਕੇ ਇੱਥੇ ਦਾ ਦੁਬਾਰਾ MLA ਬਣਾਉਣਾ ਹੈ, ਤੇ ਕਿਸ ਤਰ੍ਹਾਂ ਦਾ ਵਿਕਾਸ ਚਾਹੋਗੇ ਤੁਸੀਂ? ਜਿੱਦਾਂ ਜਿਹਾ ਕਹਿੰਦੇ ਜੀ ਉੱਦਾਂ ਨਾਲ ਮੰਨੂਗੇ ਜੀ ਵਿਕਾਸ ਆਪਾਂ ਜੀ, ਕਰਦੇ ਰਹਿੰਦੇ ਜੀ ਵਿਕਾਸ ਸਾਰਾ ਜੀ। ਪਿਛਲੇ ਕੁਝ ਸਾਲਾਂ ਤੋਂ ਇੱਥੇ ਆਮ ਆਦਮੀ ਪਾਰਟੀ ਦੇ MLA ਨੇ ਕੰਗ ਸਾਹਿਬ ਨੂੰ ਤਾਂ ਸਪੋਰਟ ਕਰਦੇ ਜੀ, ਹੋਰ ਕਿਸੇ ਨੂੰ ਨਹੀਂ ਕਰਦੇ। ਉਹਨਾਂ ਨੇ ਕੁਝ ਵਿਕਾਸ ਕੀਤਾ ਜਿਹੜੇ ਆਮ ਆਦਮੀ ਦੇ MLA ਨੇ? ਕੁਛ ਨਹੀਂ ਕਰਿਆ ਜੀ, ਕੰਗ ਸਾਹਿਬ ਨਹੀਂ ਕਰਿਆ ਵਾ ਜੀ, ਉਹ ਕੁਛ ਕਰਿਆ ਜੀ, ਹੋਰ ਕਿਸੇ ਨੇ ਕੁਛ ਨਹੀਂ ਕਰਿਆ ਜੀ ਇੱਥੇ। ਨਹੀਂ, ਸਾਨੂੰ ਤਾਂ ਬੁਰਾ ਹਾਲ ਤਾਂ, ਭੁੱਬੜ ਮਿੱਟੀ ਮਾਂ ਜੀ, ਪਾਣੀ ਮਾਂ ਲੰਘਣਾ ਪੈਂਦਾ ਤਾ ਜੀ, ਹਰੇਕ ਬੰਦਾ ਕੋਈ ਬਾਹਰ ਦਾ ਆਉਂਦਾ ਜੀ, ਉਹਨਾਂ ਨੂੰ ਵੀ ਔਖਾ ਤਾਂ ਜੀ ਲੰਘਣੇ ਉਹਦਾ ਜੀ, ਹੁਣ ਆਰਾਮ 'ਤੇ ਲੰਘ ਤਾਂ ਲੈਂਦੇ ਜੀ। ਅਤੇ ਜਿਹੜੇ ਆਮ ਆਦਮੀ ਪਾਰਟੀ ਦੇ MLA ਰਹੇ ਨੇ ਇੱਥੇ ਕੁਛ ਸਾਲਾਂ ਤੋਂ, ਉਹਨਾਂ ਕੋਲੋਂ ਕੁਛ ਸਮੱਸਿਆ ਲੈ ਕੇ ਗਏ ਸੀ ਤੁਸੀਂ? ਨਹੀਂ ਨਹੀਂ ਨਹੀਂ, ਉਹਨਾਂ ਪਤਾ ਸੀ ਕੋਈ ਨਹੀਂ, ਕੰਗ ਸਾਹਿਬ ਨੂੰ ਸਪੋਰਟ ਕਰਦੇ, ਉਹਨਾਂ ਨੂੰ ਕਹਿੰਦੇ ਤਾਂ ਯੋਗ ਕਰਨਾ ਜੀ, ਉਹੀ ਕਰਦੇ ਜੀ। ਮਤਲਬ ਉਹਨਾਂ ਨੇ ਕੁਛ ਵੀ ਨਹੀਂ ਹੱਲ ਕੀਤਾ? ਕੁਛ ਵੀ ਨਹੀਂ ਜੀ, ਨਹੀਂ ਉਹਨਾਂ ਕੁਛ ਨਹੀਂ ਕਰਦੇ। ਹੁਣ ਜਦ ਆਉਣਗੇ ਕੰਗ ਸਾਹਿਬ, ਵੈਸੇ ਆਮ ਤੌਰ 'ਤੇ ਅਗਰ ਦੇਖਿਆ ਜਾਵੇ ਤੁਹਾਡੇ ਪਿੰਡ ਦੀਆਂ ਕੀ ਸਮੱਸਿਆਵਾਂ? ਸਮੱਸਿਆ ਜੋ ਹੁੰਦੀਆਂ ਜੀ ਉਹ ਕਰਾ ਦਿੰਦੇ ਜੀ, ਬਾਕੀ ਪੁੱਲ ਦੇ ਇਲਾਵਾ ਕੀ ਸਮੱਸਿਆ? ਬਾਕੀ ਸਾਰਾ ਕਰਾਇਆ ਬਾਈ, ਜੋ ਸਮੱਸਿਆ ਸਾਰੀਆਂ ਹੱਲ ਕਰੀਆਂ ਜੀ ਉਹਨਾਂ ਨੇ, ਜੋ ਕਹਿੰਦੇ ਰਹੇ ਜੀ ਅਸੀਂ ਕਰਦੇ ਰਹੇ ਜੀ ਹੱਲ ਉਹ ਆਪਣਾ। ਬਿਜਲੀ ਦੀ ਵੀ ਸਮੱਸਿਆ ਸੁਣੀ ਆਪਾਂ ਇੱਥੇ ਹੈਗੀ ਆ? ਹਾਂਜੀ ਹਾਂਜੀ, ਉਹ ਵੀ ਕਹਿੰਦੇ ਕਰਾਂਗੇ, ਕਰੇ ਕਿਹਾ ਵਾ ਕੰਗ ਸਾਹਿਬ ਨੂੰ, ਕਹਿੰਦੇ ਕਰਾਂਗੇ। ਤੁਹਾਨੂੰ ਮਤਲਬ ਜ਼ਿਆਦਾ ਅਗਰ ਦੇਖਿਆ ਜਾਵੇ ਤਾਂ ਤੁਹਾਨੂੰ MLA ਤੋਂ ਮਤਲਬ ਹੈ ਨਾ, ਤੁਹਾਨੂੰ ਇਹ ਨਹੀਂ ਮਤਲਬ ਕਿ ਪੰਜਾਬ 'ਚ ਕਿਹੜੀ ਸਰਕਾਰ ਆਵੇ?
कांग्रेस ही आवे जी तो उदा ही फायदा ही होर दा कोई फायदा। चलो वैसे मतलब अगर खास तौर पे देखा जावे तो ये कंग जी नू सपोर्ट करते हैं तद करके इन्होंने उन्हों का ही नाम जहन च रखा होया है। इन्हों इन्ना कोई खास मतलब नहीं है कि सरकार केड़ी आउंदी है। इत्थे भी कुछ लोग जुड़ रहे हैं साडे नाल। सत श्री अकाल सर। सत श्री अकाल जी। की नाम है तुहाडा? जसविंदर सिंह जी। ते तुसी लोकल इत्थे दे? लोकल आई हां जी। वोटां ने अगले महीने किन्नू पा रहे हो? वोटां तो हुण असीं कंग साहब नहीं पाऊंगा जी। सीएम साहब दे चेहरा किन्नू देखना चाहो? सीएम जो जड़ा मर्जी आवे पर सासी दा इस इलाके दे कंग दे सपोर्टर है। मतलब हलके दे एमएलए तुसी कंग साहब नू देखना चाहो? हां जी हां जी। हां तो एमएलए जरूरी है। मुख्यमंत्री जो मर्जी बनदा रहे सानू तो इस इलाके दा विकास है। विकास करया वा थोड़ा सामने देख रहा जी। आज जिंदगी च साडे असीं इस इत्थे छोटे जते जदे असीं आंदे जांदे आ कदे पुल दे गया सानू तो उम्मीद मिलदी कि पुल बन जूगा। ये तो कंग साहब ने बनवा के दिता सानू। कंग साहब की उदों दे हौसले नाल बनया उन्होंने सानू आ रास्ता बना के दिता। उन्होंने असीं धन्नवाद करदे हां। हाँ जी हाँ जी। ते अगर व्यक्तित्व दे तौर ते देखा जावे ते किवें दे ने कंग साहब? हाँ जी। व्यक्ति दे तौर ते देखा जावे ते किवें दे? तौर ते तां कंग साहब बहुत वैल एंड गुड है ते इन्हां दा बहुत इस इलाके में योगदान बहुत है। उहदा तां केड़ा कोई पुल देख लो कोई सड़क देख लो जो कंग साहब ने बनाई भी है। इत्थे होर तां किसी ने इत्थे अकाली भी आ गए। क्या करके गए? अकाली कुछ नहीं करके गए। इत्थे क्या पिंडां में दो इट्टां लवा के कहिंदे सी विकास करता। विकास तां पुल देख रहा आ शामीपुर दा पुल देख रहा खिदराबाद दे कराली दा पुल शेखपुरे दा पुल किन्ने पुल है जिन्हें पोल है सारे इन्हें नहीं बनाए कंग साहब ने? कंग साहब की देना जी। हाँ जी हाँ जी। कितना टाइम होया? ये तो जो कंग साहब बनते आ रहे जो बना रहे जी। कंग साहब चाहे नहीं भी बने पिछली बार तब भी पुल बन गया साडा। हाँ वो साढ़े लोगों वास्ते हमदर्द लोग करता हमदर्दी दिखाते साडे वास्ते तो असं भी दिखावे हूँ। हाँ जी। यादविंदर सिंह कंग के बारे बड़ा कुछ सुनया इतने थोड़े पिंड च उन्होंने बारे कुछ कहना चाहोगे? यादवीर भी साहब वो भी बहुत चंगे बंदे जी। इतने साढ़े पिंड कई बार आ ले बहुत वधिया गल करते बहुत तरीके बहुत वधिया लोग ने। परिवार ठीक है जी। परिवार लोगों की हैल्प करने वाला परिवार है। ये अकाली भी आ गए आम वाले आ गए आम वाले तो दिखे नहीं अब तक। हाँ पिछली बार वोटा पै गई वोटा च आके चले भी वोटा जी रुपया जित गया एक दो किसी का पिंड नहीं आया वो किसी की खबर नहीं आई किसी का कोई मरिया जमया किसी का खुशी भी नहीं आया गमी च नहीं आया किसी ने पूछा ही नहीं उन्हें तो अज तक। मतलब अगर देखा जाए तो उन्होंने थोड़ी कोई समस्या हल नहीं की जेडे पांच साल तो या कुछ साल तो जिन्हें भी आ आम आदमी पार्टी के जेडे एम एल ए रहे उन्होंने थोड़ी कोई समस्या नहीं हल की? समस्या नहीं समस्या क्या करूँ जी पिंड में तो आए तो है नहीं अज तक किसी पिंड में नहीं गए पिंड और उन्होंने सुनिया भी नहीं किस तरह दी समस्या है थोड़ा। मैं एक पिंड की गल दसदा उत्थे बैठे थे मैं किसी नूं कहा मैं बहुत भी अपना एम एल ए कौन है कहता भी एम एल ए का कंग है मैं यार कंग तहत की तुम हरा त्या था तो कंग नूं तुसीं वोटां नहीं पाईआं तो कहता भी कंग एम एल ए का और उनका हारे भी लोग एम एल ए बनाई जाने जिहड़ा जितया वा तो आम पार्टी पता ही तो लोगों नूं भी आ भी जितया वा है कमल संधू जितया वा इहनूं कोई पता ही तो लोगों एम एल ए हैगा ये। हाँ जी। मतलब सारे इत्थे कंग साहब नूं ही जानदे आ होर किसी नूं जानदे ही नहीं आ? ना ना कंग साहब दे बिना इस इलाके दा विकास ना कोई कर सकदा ना किसे ना करना ना किसे दे होना। पुल तो इलावा होर केड़ियां समस्या आ तुहानूं इत्थे तुहाडे पिंड च जिहड़ियां तुसीं चाहुंदे हो? देखो जी हर एक पिंड में स्कूल है वधिया बणाया स्कूलों का रिपेयर कराई सारा कुछ कराया ग्राउंड भी बनाए हैं तो हुण आ देख लो इधर कित्थे किहड़ा पिंड है इत्थे स्टेडियम बनाया उन्होंने बहुत वधिया चंदवा चंदा स्टेडियम बना रहे हुणे होर अज नहीं सरकार आ गए अज तक तो कुछ बना के नहीं गई किसे इस सरकार तो पहले भी अकाली सरकार 10 साल राज कर गई केड़ा पुल बना गई कोई पुल नहीं बने अज तक। हाँ आ देख लो कंडी का इलाका पैंदा है जी ये कंडी के इलाके साढ़े 6-7 घंटे लाइट आउंदी हुंदी सी पहलां वो पानी खराब हुंदा सी पर कंग साहब की एड्डी वड्डी देन है जी उन्होंने 24 घंटे पावर करवाती जी इत्थे। ਤਾਂ ਅਗਰ ਖਾਸ ਤੌਰ 'ਤੇ ਦੇਖਿਆ ਜਾਵੇ ਤਾਂ ਇਸ ਪਿੰਡ ਦੇ ਲੋਕ ਕੰਗ ਸਾਹਿਬ ਨੂੰ ਹੀ ਜਾਣਦੇ ਆ ਕਿਉਂਕਿ ਉਨ ਇਹਨਾਂ ਦਾ ਕਹਿਣਾ ਹੈ ਕਿ ਇੱਥੇ 2-3 ਪੋਲ ਬਣਾਏ ਨੇ ਕੰਗ ਸਾਹਿਬ ਨੇ ਜਿਹੜੇ ਕਿ ਇਹਨਾਂ ਦੇ ਲਈ ਥੋੜ੍ਹਾ ਸੌਖਾ ਹੋ ਗਿਆ ਆਉਣਾ ਜਾਣਾ ਪਿੰਡ ਦੇ ਲਈ ਤਦ ਕਰਕੇ ਉਹ ਕੰਗ ਸਾਹਿਬ ਨੂੰ ਹੀ ਜਾਣਦੇ ਆ ਅਤੇ 5 ਸਾਲਾਂ ਤੋਂ ਜਿਹੜੇ ਹੈਗੇ ਨੇ ਇਹਨਾਂ ਦੇ ਐਮ ਐਲ ਏ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਕੁਛ ਵੀ ਨਹੀਂ ਕੀਤਾ ਕਈ ਜਾਣੇ ਤਾਂ ਉਹਨਾਂ ਦਾ ਨਾਮ ਵੀ ਨਹੀਂ ਜਾਣਦੇ ਸਾਡੇ ਨਾਲ। ਹਾਂਜੀ ਸਰ ਤੁਹਾਡਾ ਕੀ ਨਾਮ? ਕੁਲਵਿੰਦਰ ਸਿੰਘ ਹੈ ਜੀ। ਕੁਲਵਿੰਦਰ ਸਿੰਘ ਹੈ ਸਾਡੇ ਨਾਲ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਕਿ ਇਹ ਕੀ ਕਹਿਣਾ ਚਾਹੁੰਗੇ। ਹਾਂਜੀ ਸਰ ਅਗਲੇ ਮਹੀਨੇ ਇਲੈਕਸ਼ਨਾਂ ਨੇ ਤੁਹਾਡਾ ਹਲਕੇ 'ਚ ਕਿਹਨੂੰ ਚਾਹੁੰਦੇ ਹੋ ਤੁਸੀਂ ਐਮ ਐਲ ਏ ਦੇ ਤੌਰ 'ਤੇ ਦੇਖਣਾ? ਅਸੀਂ ਤਾਂ ਕੰਗ ਸਾਹਿਬ ਨੂੰ ਚਾਹੁੰਦੇ ਸਾਡੇ ਇਲਾਕੇ ਦਾ ਬੜਾ ਸਵਾਰਿਆ ਉਹਨਾਂ ਨੇ ਇੱਥੇ ਅਸੀਂ ਖੈੜ ਤੋਂ ਆਉਂਦੇ ਅਤੇ ਇੱਥੇ ਦੇ ਮੁੜਕਾ ਨਦੀ ਦੇ ਮੁੜਕਾ ਅਸੀਂ ਕਰਾਲੀ ਨੂੰ ਘੁੰਮ ਕੇ ਆਉਂਦੇ ਤੇ ਉਹਦੀ ਦੇਣ ਤਾਂ ਅਸੀਂ ਦੋ ਪੁਸਤਾਂ ਵੀ ਦੇ ਨਹੀਂ ਸਕਦੇ ਹੈਗੇ। ਹਾਂਜੀ ਇੱਦਾਂ ਸਾਡੇ ਇਲਾਕੇ ਪਰ ਸਾਨ ਮਾਰਿਆ ਵਾ ਸਾਡੇ ਬੱਚੇ ਵੀ ਯਾਦ ਰੱਖੂਗੇ
असी तो वो बिना वोट पाते होर किसी नहीं है होर पहला जागर सिंह बडाली भी बन लिया ए पुल के बारे असं क्या भी पुल ला कहते रास्ता ही नहीं है पुल में है इतने कहना लगना ही नहीं पुल में सवाल ही नहीं पैदा होंगे इतने बादल साहब न भी मिले कट्ठे हो गए असं उन्हें भी यही गल बताई सानू भी इतने नहीं पुल लगना होर पास असं ला सकते हैं मतलब इन्हें इतने रास्ते के बिना भी चाहे रास्ता सब कुछ पर पार्टी मतलब टालने वाली कम करती थी साडा बड़ा छुआरिया जी इन्होंने पिछे जहाँ मुंडा खड़े तो अभी वो भी जिता के भेजे अपने इलाके से हाँ जी अभी टोटल वोट आप पाऊंगे नहीं पाऊंगे वोटा इन्हों हाँ जी सरकार किस दी चाहते हो तुसी पंजाब विच असी तो कांग्रेस की सरकार चाहते हैं हाँ जी जिहड़े एमएलए ने पिछले कुछ सालों तो आम आदमी पार्टी दे उन्होंने कुछ सवारिया कुछ किया दिखे भी नहीं है वोटों के वे आए तो रहे लोगों ने उन्होंने इज्जत भी करी पर वोटों के बाद सानू मुड़ के नहीं को साडे ग्राउंड विच क्या बन्ने जन्ने भी असी दर्शन भी नहीं करी देख लो जी उहदे हाँ जी हुण जे कंग साहब इत्थे आउंदे आ तुहाडे वोटां नाल ते की चाहोगे किस तरह दी समस्यावां जिहड़ियां हुण है पुल तो इलावा ओह हल हो जाण हाँ जी ओह उहनां ते सानू इन्ना भरोसा भी साडे इलाके नूं होर भी वध सवारोंगे हुण ते भी हाँ जी हाँ बिजली की भी समस्या है इतने जी सुन आई है बिजली समस्या साढ़े घरों अठ घंटे लाइट आँदी थी बड़ी दुख था सानू जी मतलब कंडी एरिया साढ़ा मतलब वो जब पहली हूँ तो मतलब 15 साल की पहला की गल है असी उन्होंने अपनी प्रॉब्लम दसी साढ़ी 24 घंटे बिजली चलती है अभी कोई सानू मतलब दिक्कतबाजी नहीं हूँ ये कहना भी कंग वोटा पाओ असी तो मतलब वोटा पाया नहीं पाऊंगे लोगों दी होर हाँ जी मतलब इस बार पिंड दियां भी वोटा तुसी पवा रहे हो कंग साहब बाहर दियां भी रिश्तेदारों नूं भी जोर दे के असीं कहने जी भी सानूं मतलब भी गाहां नूं साडे इलाके दा बहुत कुछ वारनगे हो रहे हाँ जी हल्के विच उहनां ने ही विकास करना हाँ जी सबद ते वध मैं कहना एडा कसी देण दे नहीं सकदे हैंगे हाँ जी हाँ साडे पासे दा रब है बस हाँ जी सानूं तां लखणे दा रस्ता ही तां कोई हैगा इत्थे नूं हाँ साढ़े रिश्तेदार आते तो वो भी मुड़ जाते थे इतने आके जिहड़े ने 40 मील ते आउणा इत्थे आके मुड़ जाते थे कहिंदे नदी आई भी असीं नहीं जाणा उत्थे हड़ना है हाँ जी हुण कित्थे सानूं सुरग दिख गया हाँ जी हाँ बहुत वधिया बंदे साडे वास्ते है असी बिल्कुल वोट इन्हां नूं पाउणी है पर पाउंदे भी रहूंगे गाहां नूं भी हाँ जी असी तो चाहुंदे भी जीरो मतलब हुण तुहाडा पक्का ही दिल भेज गया पक्का जी पक्का हाँ जी हाँ असी तो जी पहला भी डॉक्टर साहब खड़े इन्हां नूं कहिंदे हुंदे भी कितना साड़ा इन्हां सवारिया होर ने नहीं सवारिया साडा किसे ने भी हाँ जी ठीक है जी बहुत बहुत धन्यवाद हुण आपां खड़ड़ दी एक पार्क विच आए हां इत्थे देखदे आ बड़े जाने सानूं दिख रहे ने इत्थे तो इतने आप देखते हैं कि आखिर रुझान किधर है हाँ जी सर इतने पार्क में की कर रहे थे असी इतने सैर कर भी आए हुए हैं कुछ टाइम भी वधिया वेस्ट हो रहा क्योंकि धुप भी लगी है धुप भी है बहुत दिनों बाद सूरज चढ़िया क्योंकि ठंड बहुत सी सलाम मुशायरे होंगे होने अगले महीने वोटा भी है बिल्कुल जी बिल्कुल वो बारे भी गल कर रहे हैं वोटा बारे भी किनू वोट पा रहे हो फिर इस बार देखो असी तो यह सोचते हैं भी जे जिस बंद ने इस ग्राउंड का साढ़े इस इलाके का सुधार कर तो मेरे हिसाब से कंग साहब बहुत वधिया इन्होंने सेवा करी है तो जो गुर जे जो आ देन है जो सामने ग्राउंड पार्क बने आले दुआले जो पार्क बने कंग साहब की बहुत मेहनत है असी तो देखो असी तो यही चाहवांगे भी कंग साहब दुबारे आन तो साड़ी भी उन्होंने वालों जिनी हैल्प हो सके असी कर रहे हैं जी वैसे तो इस हल्के से कुछ टाइम तो कुछ सालों तो आम आदमी पार्टी के है MLA उन्होंने की कुछ किया नहीं देखो जी आम जी पिछले बारी बने से कंवर साहब गिल जड़े बने से पर उन्होंने कुछ सन तो दिखे ही नहीं मुड़ के वो तो सानू देखने भी नहीं मिले नहीं भी गए कितने वह तो उस तो बाद कंग साहब बहुत मेहनत कर रहे हैं यह जी गल नहीं उन्होंने MLA ना होके भी किया है विकास कम कर रहे जी हूँ भी कर रहे हैं आ ग्राउंड तुसी थोड़े सामने देखने की गल है सब बोर्ड भी लग्या होया ये सब कंग साहब की देन है जी हाँ जी इस करके असं चाहते हैं भी दोबारे कंग साहब आ जाए तो कि जो रहिंदा खुंदा सुधार है वह भी हो जूगा थोड़ा की नाम है सर मेरा नाम बीर दविंदर सिंह है जी ओके जी तो लोकल असी आप हाँ जी मैं लोकल हाँ जी इतने तो की चाहोगे थोड़े हल्के कौन बने इस बारे में असं कांग्रेस पार्टी जुड़े हुए जी शुरू तो ही तो असं यही चाहवागे कि कांग्रेस पार्टी ही अगे आवे क्योंकि जो भी हूँ तक विकास होया है वो कांग्रेस पार्टी के ही मतलब कि राज होया है इस तो पहला यह जो एरिया आप खड़े हैं इतने एक मंडी सी उरे पशु मंडी लगती सी कुछ टाइम से ये एरिया डिवेलप होया है कोई ज़्यादा नहीं आप कह सकते तकरीबन 4-5 साल इस तो पहला जो कमर संधु जी से उन्होंने तकरीबन वोटों के टाइम देखा अस उस तो बाद नहीं देखा तो जिन्ना भी विकास होया सरदार जगमोहन सिंह कंग के मक्की रहनवाई होया है मक्की उन्होंने सदका ही सानू प्लेग्राउंड मिले उरे तो आ पार्क उस साइड भी जो काम चल रहे बच्चों वास्ते भी बास्केटबॉल का जो होर भी जो भी काम चल रहे हैं गलियां का नालियां का सीवरेज का जो भी चल रहा है काम उन्हों की अगवाई से हो रहा है सरदार रणजीत सिंह जीती जो भी उरे के प्रेजिडेंट ने नगर कौंसल के उन्हों की रहनमई के नाल ही चल रहे हैं अगले काम वो भी कांग्रेस के हूँ जो तुम उन्होंने इतने के MLA बना अपने हल्के की कुछ विकास चाहोगे इतने
कुछ समस्यावां जिस तरह बरसाती पानी दियां जी, तो पहला नाल तो बैटर होया काम, असी चाहते हैं कि वह भी हल होवे, जो भी एरिया डिवेलप होया साडा गलियां रहिंदियां कुछ एरिया दियां, वह भी चाहते हैं कि जो रह गया काम कि अगले आने वाले टाइम से वह भी कवर हो जाए। हाँ जी ठीक है जी। तो सीएम का चेहरा किनू देखना चाहते हो? सीएम के चेहरे वास्ते चन्नी साहब। चलो जी बहुत वधिया। होर तो थोड़ा की नाम है सर? मेरा नाम गगनदीप सिंह है जी। अच्छा लोकल आप आए थे? हाँ जी मैडम लोकल हैं जी। किनू वोट जा रही है फिर इस बार? अगले महीने वोटा बहुत नजदीक थी। हाँ जी मैडम वोट तो जी देखो जिमें साढ़े इलाके का विकास होया, साढ़े इलाके जिमें बिल्कुल मेरे घर के नाल ही बनया था पार्क, साढ़े वास्ते बहुत वधिया है। हाँ जी ये जगमो मतलब पार्क का अगर देखा जाए तो सारे कह रहे हो कि बहुत ज़्यादा सुख है थोड़ा? बहुत ज़्यादा। हाँ जी बच्चों वास्ते खेडन वास्ते नहीं काफ़ी हूँ सैर करने लिए वधिया जी, बहुत वधिया बूटे देखो जी किन्ने वधिया साडा वातावरण होर शुद्ध हो गया। हाँ जी ते उहदे कंग साहब ने करवाया? सारा कंग साहब ने कराया जी। उस तो अलावा की कुछ करवाया है साहब ने? जिमें जी होर कराली विच जिन्ने भी काम हो रहे ने सारे उन्हां दी रहनुमाई हेठ ही हो रहे ने जी। हाँ जी हुण साडे मैं साला तो ते आम आदमी पार्टी दे एमएलए ने ओह तां दिखे नहीं जी है सानूं। हाँ जी जिमें साडे आले दुआले गलियां बणियां ने जी पक्कियां सारियां, पहलां इह कच्चियां सी सारियां इह कंग साहब दे उन्हां दे। हाँ जी बिल्कुल जी बिल्कुल। हाँ जी ते साडी इही ਉਹ ਹੈ ਕਿ ਅੱਗੇ ਨੂੰ ਕਾਂਗਰਸ ਸਰਕਾਰ ਹੀ ਆਵੇ। ਹਾਂਜੀ ਹਾਂਜੀ ਸਰ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ। ਅੱਛਾ ਲੋਕਲ ਆਪਾਂ ਇੱਥੇ? ਹਾਂਜੀ ਕੁਰਾਲੀ ਤੋਂ ਜੀ। ਅਤੇ ਸਰ ਇਸ ਹਲਕੇ 'ਚ ਕਿਹਨੂੰ ਚਾਹੁੰਦੇ ਹੋ ਤੁਸੀਂ ਐਮਐਲਏ ਬਣਾਉਣਾ? ਅਸੀਂ ਤਾਂ ਜ਼ਿਆਦਾਤਰ ਜੇ ਦੇਖਿਆ ਜਾਵੇ ਇੱਥੇ ਜੋ ਵੀ ਵਿਕਾਸ ਕਰਿਆ ਕੰਗ ਸਾਹਿਬ ਨੇ ਕੀਤਾ ਜੀ, ਉਹਨਾਂ ਦਾ ਇਸ ਇਲਾਕੇ ਨੂੰ ਬਹੁਤ ਵੱਡਾ ਬਹੁਤ ਵਧੀਆ ਇਹਨਾਂ ਨੇ ਵਿਕਾਸ ਕਰਿਆ, ਇੱਥੇ ਸੜਕਾਂ ਕਿਹਾ ਜੀ, ਹੋਰ ਸਟੇਡੀਅਮ ਕਿਹਾ ਜੀ, ਸਭ ਕੁਝ ਉਹਨਾਂ ਦੀ ਦੇਣਦਾਰ ਜੀ। ਹਾਂਜੀ ਹਾਂਜੀ। ਉਸ ਤੋਂ ਇਲਾਵਾ ਹੋਰ ਕੁਛ ਵਿਕਾਸ ਕੀਤਾ ਉਹਨਾਂ ਨੇ? ਉਹਨਾਂ ਦੀ ਵਿਕਾਸ ਇੰਨਾ ਕਰਿਆ ਕਿ ਸਾਡੇ ਕੋਲ ਕਹਿਣ ਵਾਸਤੇ ਸ਼ਬਦ ਨਹੀਂ ਹੈਗੀ। ਦੇਖੋ ਜੀ ਸਟੇਡੀਅਮ ਦੇ ਵਿੱਚ ਇੰਨਾ ਉਰੇ ਝਾੜ ਫੂਸ ਇੰਨਾ ਹੁੰਦਾ ਸੀ ਕਿ ਹੁਣ ਦੇਖੋ ਫੁੱਲ ਲਾ ਤੇ ਜੀ, ਬੱਚਿਆਂ ਦੇ ਖੇਡਣ ਵਾਸਤੇ ਝੂਲੇ ਲਾ ਤੇ ਜੀ, ਅਤੇ ਆਹ ਪਾਰਕ ਬਣਾ ਤਾ ਹੁਣ ਸਾਰੇ। ਮਤਲਬ ਇਹ ਸਾਰੀ ਕੰਗ ਸਾਹਿਬ ਦੀ ਦੇਣ? ਆਹ ਕੁਝ ਕੰਗ ਸਾਹਿਬ ਨੇ ਕਰਿਆ ਜੀ, ਅਤੇ ਉਹ ਉਹਨਾਂ ਨੇ ਇੱਦਾਂ ਨਹੀਂ ਵੀ ਉਹਨੇ ਕਰਿਆ, ਉਹ ਹਫ਼ਤੇ 10-15 ਦਿਨ ਬਾਅਦ ਗੇੜਾ ਵੀ ਲਾ ਕੇ ਰੱਖਦੇ ਤੇ ਜੀ, ਦੇਖਦੇ ਤੇ ਵੀ ਕੰਮ ਕਿੱਦਾਂ ਹੋ ਰਿਹਾ ਕਿਆ ਹੋ ਰਿਹਾ ਜੀ। ਹਾਂਜੀ ਹਾਂਜੀ। ਅਤੇ 5 ਸਾਲਾਂ ਤੋਂ ਤਾਂ ਆਮ ਆਦਮੀ ਪਾਰਟੀ ਦੀ ਹੈਗੀ ਹੈ ਐਮਐਲਏ ਇੱਥੇ ਹੈਗੇ ਨੇ, ਅਤੇ ਉਹਨਾਂ ਨੇ ਕੀ ਕੁਛ ਵਿਕਾਸ ਕੀਤਾ ਹੈ ਕੁਛ ਇੱਥੇ ਆਪਣੇ ਹਲਕੇ 'ਚ? ਦੇਖੋ ਜੇ ਆਮ ਆਦਮੀ ਦੀ ਗੱਲ ਕਰੀਏ ਤਾਂ ਝਾੜੂ ਦੀ ਤਾਂ ਝਾੜੂ ਦਾ ਤੀਲਾ ਤੀਲਾ ਤਾਂ ਹੋ ਗਿਆ ਖਿੰਡ ਗਿਆ ਜੀ ਉਹ, ਅਤੇ ਨੰਬਰ ਦੂਜੀ ਗੱਲ ਇੱਦਾਂ ਜੀ ਕਿ ਹੁਣ ਕੰਵਰ ਸੰਧੂ ਸਾਹਿਬ ਬਣੇ ਅਤੇ ਉਹ ਤਾਂ ਇਸ ਇਲਾਕੇ ਦੇ ਵਿੱਚ ਆਏ ਨਹੀਂ ਹੈ ਜੀ, ਨਾ ਉਹਨਾਂ ਨੂੰ ਕਿਤੇ ਅਸੀਂ ਸਟੇਡੀਅਮ ਦੇ ਵਿੱਚ ਦੇਖਿਆ ਜੀ। ਹਾਂਜੀ ਅਤੇ ਕੰਗ ਸਾਹਿਬ ਨੂੰ ਅਸੀਂ ਦੇਖਦੇ ਰਹਿੰਦੇ ਸਾਹਮਣੇ ਤਾਂ ਕਿ ਕਾਫੀ ਬੰਦੇ ਉਰੇ ਆਉਂਦੇ ਆ ਜੀ, ਗੱਲਬਾਤ ਕਰਦੇ ਆ ਜੀ, ਸਮਝਾਉਂਦੇ ਵੀ ਇੱਧਰ ਇੱਦਾਂ ਕਰੋ ਉੱਦਾਂ ਕਰੋ ਉੱਦਾਂ ਕਰੋ ਜੀ, ਯਾਨੀ ਸਾਰਾ ਕੰਮ ਬਦਲਦੋ ਉਹਨਾਂ ਦੀ ਬਦੌਲਤ ਹੈ ਜੀ। ਹਾਂਜੀ ਹਾਂਜੀ। ਅਤੇ ਹੁਣ ਜੇ ਤੁਸੀਂ ਉਹਨਾਂ ਨੂੰ ਵੋਟਾਂ ਦੇ ਕੇ ਇੱਥੇ ਦੇ ਐਮਐਲਏ ਬਣਾਉਂਦੇ ਹੋ ਅਤੇ ਕੀ ਕੁਛ ਵਿਕਾਸ ਚਾਹੋਗੇ ਤੁਸੀਂ ਉਹਨਾਂ ਕੋਲ? ਸਾਨੂੰ ਉਹਨਾਂ 'ਤੇ ਭਰੋਸਾ ਹੈ ਜੀ, ਜਿੱਦਾਂ ਉਹਨਾਂ ਨੇ ਹੁਣ ਵਿਕਾਸ ਕਰਿਆ ਜੀ, ਉਹ ਗਾਹਾਂ ਨੂੰ ਇਹਦੇ ਨਾਲ ਵੀ ਚੌਗਣਾ ਵਿਕਾਸ ਕਰੂੰਗੇ ਜੀ। ਹਾਂਜੀ ਹਾਂਜੀ ਹਾਂਜੀ। ਸਰ ਤੁਸੀਂ ਕੀ ਕਹਿਣਾ ਚਾਹੋਗੇ, ਕਿਹਨੂੰ ਐਮਐਲਏ ਦੇ ਤੌਰ 'ਤੇ ਦੇਖਦੇ ਹੋ ਤੁਸੀਂ ਆਪਣੇ ਹਲਕੇ ਵਿੱਚ? ਮੈਂ ਤਾਂ ਵੀ ਕੰਗ ਸਾਹਿਬ ਨੂੰ ਕਹਿ ਰਿਹਾ ਜੀ। ਹਾਂਜੀ ਉਹਨਾਂ ਨੇ ਇੰਨਾ ਵਧੀਆ ਵਿਕਾਸ ਕੀਤਾ ਹੈ, ਇੰਨਾ ਪਾਰਕ ਬਣਾਇਆ, ਫੁੱਲ ਬੂਟੇ ਲਗਾ ਤੇ, ਇੱਥੇ ਤਾਂ ਬਹੁਤ ਬੁਰਾ ਹਾਲ ਸੀ ਗਰਾਊਂਡ ਦਾ। ਹਾਂਜੀ ਸਾਡੇ ਗੁਆਂਢ ਵੀ ਇੰਨਾ ਵਧੀਆ ਨਾਲ ਕਹਿ ਰਹੇ ਵੀ ਬਹੁਤ ਵਧੀਆ ਕਰਿਆ ਜੋ ਕੰਗ ਸਾਹਿਬ ਨੇ ਕੀਤਾ, ਵਧੀਆ ਕੀਤਾ ਜੀ। ਹਾਂਜੀ ਅਤੇ ਜਿਹੜੇ 5 ਸਾਲਾਂ ਤੋਂ ਇੱਥੇ ਐਮਐਲਏ ਨੇ ਉਹਨਾਂ ਨੇ ਕੁਛ ਵਿਕਾਸ ਕੀਤਾ ਇੱਥੇ? ਨਹੀਂ ਹੁਣ ਤੱਕ ਤਾਂ ਕਿਸੇ ਨੇ ਨਹੀਂ ਕੀਤਾ ਜੀ, ਅਸੀਂ ਤਾਂ ਕੰਗ ਸਾਹਿਬ ਨੂੰ ਦੇਖ ਰਹੇ ਹਾਂ, ਕੰਗ ਸਾਹਿਬ ਉਰੇ ਆ ਰਹੇ ਹਾਂ, ਜਦ ਤੱਕ ਦੇਖੇ ਕੰਗ ਸਾਹਿਬ ਆ ਰਹੇ ਉਰੇ। ਵੈਸੇ ਉਹਨਾਂ ਕੋਲ ਕੁਛ ਸਮੱਸਿਆ ਲੈ ਕੇ ਗਏ ਤੁਸੀਂ? 5 ਸਾਲ ਹੋ ਗਏ ਉਹਨਾਂ ਨੂੰ ਇੱਥੇ ਐਮਐਲਏ ਬਣੇ ਨੂੰ। ਕਿਹਨਾਂ ਨੂੰ ਜੀ? ਆਮ ਆਦਮੀ ਪਾਰਟੀ ਦੇ ਕੰਵਰ ਸੰਧੂ ਜੀ ਨੂੰ? ਨਹੀਂ ਹੁਣ ਅਸੀਂ ਤਾਂ ਕੋਈ ਨਹੀਂ ਕਹੇ ਜੀ। ਜੇਕਰ ਦੇਖਿਆ ਜਾਵੇ ਮੈਡਮ ਜੀ ਕੰਵਰ ਸੰਧੂ ਬਾਰੇ ਗੱਲ ਕਰਦੇ ਸਾਹਿਬ ਬਾਰੇ, ਚਲੋ ਠੀਕ ਹੈ ਜੀ ਉਹ ਐਮਐਲਏ ਬਣੇ ਸੀ, ਪਰ ਉਹ ਇਸ ਏਰੀਏ ਵਿੱਚ ਸਾਨੂੰ ਤਾਂ ਦਿਖੇ ਨਹੀਂ ਹੈ ਜੀ। ਹਾਂਜੀ ਹਾਂਜੀ ਹਾਂਜੀ। ਹੁਣ ਜੇ ਤੁਸੀਂ ਐਮਐਲਏ ਦੇ ਤੌਰ 'ਤੇ ਕਾਂਗਰਸ ਨੂੰ ਜਿਤਾਉਂਦੇ ਹੋ ਕੰਗ ਸਾਹਿਬ ਨੂੰ, ਅਤੇ ਕੀ ਕੁਛ ਵਿਕਾਸ ਦੇਖਣਾ ਚਾਹੋਗੇ? ਅਸੀਂ ਤਾਂ ਕਹਿ ਰਹੇ ਵੀ ਸ਼ਹਿਰ ਦਾ ਬਹੁਤ ਵਧੀਆ ਵਿਕਾਸ ਹੋਵੇ ਜੀ, ਹੈਗਾ ਨਹੀਂ? ਹੋਰ ਕੀ ਕੁਛ ਇੱਥੇ ਸਮੱਸਿਆ ਹੈ ਜਿਹੜੇ ਤੁਸੀਂ ਚਾਹੋਗੇ ਕਿ ਉਹ ਹੱਲ ਕਰ ਦੇਣ ਅਤੇ ਇੱਥੇ ਆ ਕੇ? ਹੁਣ ਦੇਖੋ ਜੀ ਸਾਡੇ ਮੂਹਰੇ ਆ, ਅਸੀਂ ਤਾਂ ਕਹਿੰਦੇ ਵੀ ਆਹ ਗੰਦ ਪਿਆ ਆਲੇ ਦੁਆਲੇ ਵੀ ਇਹਦੀ ਸਫਾਈ ਹੋਵੇ, ਇੱਥੇ ਟਾਇਲ ਟੂਲ ਲੱਗੇ ਵਧੀਆ ਬਣੇ, ਹੈਗਾ ਨਹੀਂ? ਅਸੀਂ ਤਾਂ ਇਹੀ ਵਿਕਾਸ ਚਾਹੁੰਦੇ ਹਾਂ ਜੀ ਆਪਣੇ ਸ਼ਹਿਰ ਦਾ ਜੀ। ਹਾਂਜੀ ਚਲੋ ਜੀ ਥੈਂਕ ਯੂ ਜੀ।